ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਗੱਲ ਕਰ ਲੈਂਦੇ ਹਾਂ ਤਾਂ ਸਟੂਡੈਂਟਸ ਜਿਹੜੇ ਕਿ ਹੁਣ ਅਪਲਾਈ ਕਰਨ ਬਾਰੇ ਸੋਚ ਰਹੇ ਨੇ, ਅਸੀਂ ਸਾਰੇ ਹੀ ਜਾਣਦੇ ਹਾਂ ਕਿ ਬਿਲਕੁਲ ਵੀ ਗੈਪ ਜੋ ਹੈ ਉਸਨੂੰ ਨਹੀਂ ਲੈਂਦਾ ਹੈ ਸਟੂਡੈਂਟ ਜਿਹਦੇ ਗੈਪ ਆ ਚੁੱਕਿਆ ਪ੍ਰੋਫਾਈਲ ਦੇ ਵਿੱਚ, ਤਾਂ ਆਸਟ੍ਰੇਲੀਆ ਸਟੱਡੀ ਵੀਜ਼ਾ ਲਈ ਉਹ ਅਪਲਾਈ ਨਹੀਂ ਕਰ ਸਕਦਾ ਹੈ। ਤੇ ਨਾਲ ਦੀ ਨਾਲ GTE ਨੂੰ ਲੈ ਕੇ ਸਵਾਲ ਨੇ ਕਿ ਕਲੈਰਿਟੀ ਹੋਰ ਚਾਹੀਦੀ ਹੈ ਜਿਹੜੇ ਸਟੂਡੈਂਟਸ ਨੂੰ। ਅੱਜ ਦੀ ਵੀਡੀਓ ਵਿੱਚ ਕਈ ਖਾਸ ਗੱਲਾਂ ਰਹਿਣਗੀਆਂ ਜਿਨ੍ਹਾਂ ਨੇ ਕਮਿੰਗ ਇਨਟੇਕ ਵਿੱਚ ਅਪਲਾਈ ਕਰਨਾ, ਕੀ ਧਿਆਨ ਰੱਖਣਾ, ਕਿਹੜੀਆਂ ਗੱਲਾਂ ਨੂੰ ਫੋਕਸ ਕਰਦੇ ਹੋਏ ਅੱਗੇ ਵਧੋ ਜੇਕਰ ਤੁਸੀਂ ਸਹੀ ਤਰ੍ਹਾਂ ਨਾਲ ਅੱਗੇ ਵਧਦੇ ਹੋਏ ਆਪਣਾ ਵੀਜ਼ਾ ਹਾਸਲ ਕਰਨਾ ਚਾਹੁੰਦੇ ਹੋ ਆਸਟ੍ਰੇਲੀਆ ਸਟੱਡੀ ਵੀਜ਼ਾ ਨੂੰ ਲੈ ਕੇ। ਸੋ ਕਾਫੀ ਖਾਸ ਪੁਆਇੰਟਸ ਔਰ ਮਾਹਿਰ ਸਲਾਹ ਅੱਜ ਦੇ ਸ਼ੋਅ ਵਿੱਚ, ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਸਵਾਗਤ ਹੈ ਜੀ ਸਾਰਿਆਂ ਦਾ, ਮੈਂ ਹਾਂ ਹਰਜੋਤ ਕੌਰ, ਡਿਟੇਲ ਵਿੱਚ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰਸ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਮੈਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ 26-27 ਸਾਲਾਂ ਦਾ ਐਕਸਪੀਰੀਅੰਸ ਨੈਵੀਗੇਟਰਸ ਓਵਰਸੀਜ਼ ਦਾ, ਔਰ ਬਹੁਤ ਇੱਕ ਮਾਹਿਰ ਸਲਾਹ ਇਸੇ ਕਰਕੇ ਮੈਮ ਦੀ ਹਮੇਸ਼ਾ ਰਹਿੰਦੀ ਹੈ ਕਿਉਂਕਿ ਇੰਨੇ ਸਾਲਾਂ ਤੋਂ ਢੇਰ ਸਾਰੀ ਪ੍ਰੋਫਾਈਲ ਤੇ ਕੰਮ ਕੀਤਾ ਹੈ, ਕਈ ਕੰਟਰੀਜ਼ ਵਿੱਚ ਡੀਲ ਕਰਦੇ ਨੇ। ਸੋ ਹਰ ਤਰ੍ਹਾਂ ਦਾ ਪ੍ਰੋਗਰਾਮ ਲੈ ਕੇ ਆਉਂਦੇ ਨੇ ਮੈਮ, ਤਾਂ ਕਿ ਅਲੱਗ ਅਲੱਗ ਪ੍ਰੋਫਾਈਲਸ ਦੇ ਜਿਹੜੇ ਸਟੂਡੈਂਟਸ ਨੇ ਉਹਨਾਂ ਲਈ ਇੱਕ ਵਧੀਆ ਆਪਸ਼ਨ ਉਹਨਾਂ ਨੂੰ ਜ਼ਰੂਰ ਮਿਲ ਸਕੇ। ਮੈਮ, ਜਦੋਂ ਅੱਜ ਆਪਾਂ ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਜਿੱਥੇ ਗੱਲ ਕਰਦੇ ਹਾਂ, ਤਾਂ ਅੱਜ ਦੇ ਟਾਈਮ ਵਿੱਚ ਕਿਵੇਂ ਦੇਖਿਆ ਜਾਏ, ਕਿੰਨਾ ਕੁ ਸਟ੍ਰਿਕਟ ਨਜ਼ਰ ਆ ਰਿਹਾ ਆਉਂਦੇ ਸਮੇਂ 'ਚ, ਹੁਣ ਕਮਿੰਗ ਇਨਟੇਕ ਵਿੱਚ ਜਿਹਨਾਂ ਸਟੂਡੈਂਟ ਨੇ ਅਪਲਾਈ ਕਰਨਾ, ਕਿਹੜੀ ਗੱਲਾਂ ਤੇ ਫੋਕਸ ਉਹ ਜ਼ਰੂਰ ਕਰਨ, ਔਰ ਕਿਸ ਤਰ੍ਹਾਂ ਦੀ ਪ੍ਰੋਫਾਈਲ ਨੂੰ ਤੁਸੀਂ ਸਮਝਦੇ ਹੋ ਕਿ ਸਟੂਡੈਂਟ ਖੁਦ ਆਪਣਾ ਅਨਾਲਿਸਿਸ ਕਰ ਸਕੇ, ਸਮਝ ਸਕੇ ਆਪਣੀ ਪ੍ਰੋਫਾਈਲ ਨੂੰ, ਔਰ ਉਹਨੂੰ ਪਤਾ ਹੋਵੇ ਕਿ ਮੈਂ ਫਾਈਲ ਲਗਾ ਰਿਹਾ, ਮੈਂ ਐਲੀਜੀਬਲ ਹਾਂ, ਮੇਰੇ ਚਾਂਸਿਸ ਹੈ ਕਿ ਨਹੀਂ ਹੈ। ਹਰਜੋ, ਕੋਈ ਵੀ ਸਟੂਡੈਂਟ ਜਿਹੜਾ ਅਪਲਾਈ ਕਰਨਾ ਚਾਹੁੰਦਾ, ਜ਼ਿਆਦਾਤਰ ਜਿਹੜੀ ਹੁਣ ਮੈਂ ਗੱਲਾਂ ਦੱਸ ਰਹੀ ਹਾਂ ਉਹਨਾਂ ਦੇ ਉੱਪਰ ਧਿਆਨ ਰੱਖਣ, ਕਿਉਂਕਿ ਅਕਸਰ ਹਰ ਵੀਡੀਓ 'ਚ ਆਪਾਂ ਇਹ ਸਾਰਾ ਕੁਝ ਦੱਸ ਹੀ ਰਹੇ ਹਾਂ, ਬਟ ਫਿਰ ਆਪਾਂ ਰਿਪੀਟ ਕਰ ਦਿੰਦੇ ਹਾਂ ਜਿਹੜੇ ਨਵੇਂ ਬੰਦੇ ਆ। ਜ਼ਿਆਦਾਤਰ ਯੂਨੀਵਰਸਿਟੀਆਂ ਤੁਹਾਡੇ ਜਿਹੜੇ ਮੇਨ ਫੋਰ ਸਬਜੈਕਟਸ ICSE CBSE ਦਾ ਬੱਚਾ ਪੜਿਆ ਹੋਏ, ਮੇਨ ਫੋਰ ਸਬਜੈਕਟਸ 65% ਮਿਨੀਮਮ ਹੋਣੇ ਚਾਹੀਦੇ ਆ, ਠੀਕ ਹੈ। 65% ਚਾਰ ਸਬਜੈਕਟ 'ਚ ਓਵਰਆਲ, ਅਤੇ ਜਿਹੜਾ ਈਚ ਵਿੱਚ ਕਿਸੇ 'ਚ 60 ਹੋ ਗਏ, ਕਿਸੇ 'ਚ ਚਲੋ 58 ਹੋ ਗਏ, ਡਜ਼ਨਟ ਮੈਟਰ, ਕਿਸੇ 'ਚ 70 ਹੋ ਗਏ, ਅਤੇ ਉਹ ਐਗਰੀਗੇਟ ਆ ਕੇ ਤੁਹਾਡਾ 65% ਬਣ ਜਾਏ। ਆਇਲਸ 6 ਬੈਂਡ ਈਚ ਹੋਏ, ਔਰ ਜੇ 6.5 ਹੈ ਤਾਂ ਬਹੁਤ ਅੱਛਾ ਪ੍ਰੋਫਾਈਲ ਕਾਊਂਟ ਹੋਏਗਾ। ਪਰਸੈਂਟੇਜ ਤੁਹਾਡੀ ਅੱਛੀ ਹੋਏ, 65 ਜਿਹੜਾ ਮਿਨੀਮਮ ਦੱਸਿਆ, 70-75% ਹੋਏ, ਔਰ ਜੇ ਆਇਲਸ ਅੱਛੀ ਹੋਏ, ਤੁਹਾਡੇ ਇਨਕਮ ਦੇ ਡਾਕੂਮੈਂਟਸ ਅੱਛੇ ਹੋਣ, ITR ਅੱਛੀ ਹੋਏ, 12 ਲੱਖ ਤੋਂ ਉੱਪਰ ITR ਮੰਗ ਰਹੇ ਆ ਪੇਰੈਂਟਸ ਦੀ। ਹੋਰ ਅਗਰ ਇੱਕ ਦਾਦਾ ਦਾਦੀ ਨਾਨਾ ਨਾਨੀ ਕਿਸੇ ਇੱਕ ਦੀ ITR ਹੋਰ ਬੱਚਾ ਐਡ ਕਰ ਲਏ 4-5 ਲੱਖ ਦੀ, ਅਤੇ ਉਹ 15-16-17 ਲੱਖ ਹੋ ਜਾਂਦੀ ਆ ਇਨਕਮ, ਉਹ ਇੱਕ ਅੱਛੀ ਇਨਕਮ ਕਾਊਂਟ ਹੋਏਗੀ। ਫੰਡਸ ਤੁਹਾਡੇ 3 ਮੰਥਸ ਓਲਡ ਹੋਣ, ਜਿਹੜੇ ਹੁਣ ਫੰਡਸ ਦਾ ਕਿੱਦਾਂ ਕੈਲਕੂਲੇਸ਼ਨ ਹੈ, 1 ਈਅਰ ਯੂਨੀਵਰਸਿਟੀ ਫੀਸ ਅਤੇ 24,500 ਲਿਵਿੰਗ ਐਕਸਪੈਂਸਿਸ, 2,000 ਤੁਹਾਡਾ ਏਅਰਫੇਅਰ, ਇਹ ਸਾਰਾ ਮਿਲਾ ਕੇ ਜਿਹੜਾ ਕੋਈ 30 ਲੈਕਸ ਦੇ ਨੀਅਰ ਅਬਾਊਟ ਆਉਂਦਾ। ਹੁਣ ਅਗਰ ਯੂਨੀਵਰਸਿਟੀ ਦੀ ਫੀਸ ਜ਼ਿਆਦਾ ਹੈ ਤਾਂ 35 ਲੈਕ ਆ ਜਾਏਗਾ, ਜੇ ਯੂਨੀਵਰਸਿਟੀ ਦੀ ਫੀਸ ਘੱਟ ਹੈ ਤਾਂ 28-30-32, ਡਿਪੈਂਡ ਕਰਦਾ ਕੈਲਕੂਲੇਸ਼ਨ ਦੇ ਉੱਪਰ ਉਸ ਦਿਨ ਆਸਟ੍ਰੇਲੀਅਨ ਡਾਲਰ ਦਾ ਕੀ ਰੇਟ ਹੈ ਔਰ ਜਿਹੜਾ ਫੀਸ ਕਿੰਨੀ ਹੈ, ਕਿਉਂਕਿ ਲਿਵਿੰਗ ਐਕਸਪੈਂਸਿਸ ਐਂਡ ਏਅਰਫੇਅਰ ਉਹ ਤੁਹਾਡਾ ਫਿਕਸ ਹੈ, $26,500 ਫਿਕਸ ਹੈ, ਮਲਟੀਪਲਾਈਡ ਬਾਈ ਉਸ ਦਿਨ ਆਸਟ੍ਰੇਲੀਅਨ ਡਾਲਰ ਦਾ ਕੀ ਰੇਟ ਹੈ ਪਲੱਸ 1 ਈਅਰ ਦੀ ਫੀਸ ਕਿੰਨੀ ਹੈ ਉਹਨੂੰ ਐਡ ਕਰਨਾ, ਇਹ ਤੁਹਾਡਾ ਜਿਹੜੇ ਅਸੀਂ ਫੰਡਸ ਦੇਖਦੇ ਹਾਂ ਜਿਹੜਾ GT ਦਾ ਰੋਲਾ ਪੈਂਦਾ। ਹੁਣ ਉਹਦੇ ਵਿੱਚ ਜਦ ਤੁਹਾਡਾ ਜੋ ਪ੍ਰੋਫਾਈਲ ਠੀਕ ਹੈ, ਤੁਹਾਡੇ ਫਾਈਨੈਂਸ਼ੀਅਲ ਡਾਕੂਮੈਂਟਸ ਠੀਕ ਹੈ,
ਫਿਰ ਤੁਹਾਡੀ ਐਡਮਿਸ਼ਨ 'ਚ ਕੋਈ ਪ੍ਰੋਬਲਮ ਨਹੀਂ, ਜੀ ਟੀ 'ਚ ਪ੍ਰੋਬਲਮ ਨਹੀਂ, ਔਰ ਵੀਜ਼ਾ ਚਾਂਸਿਸ ਵੀ ਬਹੁਤ ਜ਼ਿਆਦਾ। ਜੇ ਆਪਣੇ ਡਾਕੂਮੈਂਟਸ 'ਚ ਪ੍ਰੋਬਲਮ ਹੋਏਗੀ ਫਿਰ ਵੀਜ਼ਾ ਦਾ ਜ਼ਿਆਦਾ ਰੋਲ ਹੁੰਦਾ। ਬਾਕੀ ਅੰਬੈਸੀਆਂ ਦਾ ਵੀ ਹੈ, ਕਿਸੇ ਟਾਈਮ ਵੀਜ਼ਾ ਜ਼ਿਆਦਾ ਦੇ ਰਹੀ, ਕਿਸੇ ਟਾਈਮ ਘੱਟ ਦੇ ਰਹੀ ਹਾਂ। ਹੁਣ ਮੈਂ ਗੱਲ ਕਰੂੰਗੀ ਉਹ ਬੱਚਿਆਂ ਦੀ ਜਿਨ੍ਹਾਂ ਦੇ 60% ਹੈ। ਮੈਂ 65 ਦਾ ਦੱਸਿਆ, ਹੁਣ ਜਿਹੜੇ ਬੱਚਿਆਂ ਦੇ 60% ਹੈ ਨੋਨ ਮੈਡੀਕਲ ਦਾ ਸਟੂਡੈਂਟ ਹੈ, ਬਟ ਆਇਲ 6.5 ਬੈਂਡ ਹੈ, ਉਹਨਾਂ ਦਾ ਅਸੀਂ 1 ਵੀਕ ਦੇ ਅੰਦਰ ਜੀ ਟੀ ਗਰੰਟਿਡ ਕਰਾ ਕੇ ਦੇ ਰਹੇ ਹਾਂ। ਉਹਨਾਂ ਦਾ ਜਿਹੜਾ ਕੋਰਸ ਹੋਏਗਾ ਸਾਈਬਰ ਸਿਕਿਉਰਿਟੀ ਕੋਰਸ ਹੋਏਗਾ ਜਾਂ ਆਈ ਟੀ ਤੋਂ ਰਿਲੇਟਡ ਕੋਈ ਵੀ ਕੋਰਸ ਹੋਏਗਾ, ਕਿਉਂਕਿ ਤੁਸੀਂ ਇਹ ਦੇਖੋ ਟ੍ਰੈਂਡ ਜਿਹੜਾ ਵੀਜ਼ਾ ਦਾ ਉਹ ਬਿਜ਼ਨਸ ਪ੍ਰੋਗਰਾਮ 'ਚ ਵੀਜ਼ਾ ਘੱਟ ਆ ਰਿਹਾ। ਆਈ ਟੀ ਇੰਜੀਨੀਅਰਿੰਗ ਜਾਂ ਜਿਹੜੀ ਸ਼ੋਰਟ ਸਕਿੱਲ ਸ਼ੋਰਟੇਜ ਦੇ ਵਿੱਚ ਹੈ ਉਹਨਾਂ ਦਾ ਵੀਜ਼ਾ ਜ਼ਿਆਦਾ ਆ ਰਿਹਾ। ਅਤੇ ਉਹ ਬੱਚੇ ਜਿਹਨਾਂ ਦੇ 60-65-70% ਆਈ ਸੀ ਐੱਸ ਸੀ ਸੀ ਬੀ ਐੱਸ ਈ ਦੇ ਹੈ, ਆਇਲ 6.5 ਬੈਂਡ ਹੈ, 6 ਤੋਂ ਘੱਟ ਨਹੀਂ ਹੈ, ਜਿਨ੍ਹਾਂ ਦੀ 1 ਈਅਰ ਦੀ ਫੀਸ ਚਾਹੇ ਉਹ ਬੱਚਾ ਫਰੈਸ਼ 'ਚੋਂ ਪੇ ਕਰਦੇ, ਬਟ ਲਿਵਿੰਗ ਐਕਸਪੈਂਸਿਸ 26,500 ਪਲੱਸ ਏਅਰ ਫੇਅਰ ਜਿਹੜਾ ਹੈ ਉਹਦਾ 3 ਮੰਥਸ ਓਲਡ ਹੋਏ, ਉਹਨਾਂ ਦੀ ਅਸੀਂ 1 ਵੀਕ ਦੇ ਅੰਦਰ ਜੀ ਟੀ ਕਲੀਅਰ ਕਰਾ ਦਿੰਦੇ ਹਾਂ। ਬਾਕੀ ਪ੍ਰੋਬਲਮ ਕੀ ਹੁੰਦੀ ਹੈ ਜੀ ਟੀ ਦੇ ਡਾਕੂਮੈਂਟਸ ਦੇ ਵਿੱਚ, ਕਿ ਉਹਨਾਂ ਦੇ ਬਿਜ਼ਨਸ ਪਰੂਫ ਹੋਣੇ ਚਾਹੀਦੇ ਆ, ਜਿਹੜਾ ਕਿ ਇਹ ਯੂਨੀਵਰਸਿਟੀ 'ਚ ਇੰਨਾ ਜ਼ਿਆਦਾ ਨਹੀਂ। ਇਹ ਵੀ ਯੂਨੀਵਰਸਿਟੀ ਟੂ ਯੂਨੀਵਰਸਿਟੀ ਡਿਪੈਂਡ ਕਰਦਾ ਕਿ ਉਹ ਕਿੰਨਾ ਤੰਗ ਕਰ ਰਹੇ ਆ ਜੀ ਟੀ ਦੇ ਡਾਕੂਮੈਂਟਸ ਦੇ ਵਿੱਚ। ਮੇਰੇ ਖਿਆਲ ਮੈਂ ਕਾਫੀ ਇਨਫੋਰਮੇਸ਼ਨ ਤੁਹਾਨੂੰ ਆਸਟ੍ਰੇਲੀਆ ਦੇ ਇਹ ਰਿਕੁਆਇਰਮੈਂਟਸ ਦੇ ਦਿੱਤੀ ਆ, ਐਂਡ ਜੇ ਆਪਣੇ ਕੋਲ ਟਾਈਮ ਹੈ ਤਾਂ ਆਪਾਂ ਮਾਸਟਰਸ ਦੀ ਗੱਲ ਕਰ ਸਕਦੇ ਹਾਂ। ਜੀ 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 ਬਿਲਕੁਲ, ਅਸੀਂ ਮਾਸਟਰਸ ਲਈ ਅਲੱਗ ਤੋਂ ਵੀਡੀਓ ਜ਼ਰੂਰ ਬਣਾਵਾਂਗੇ ਤਾਂ ਕਿ ਟੋਪਿਕ ਵਾਈਜ਼ ਜੋ ਹੈ ਸਟੂਡੈਂਟ ਜ਼ਰੂਰ ਸਮਝ ਸਕੇ। ਸੋ ਓਵਰਆਲ ਸਟੂਡੈਂਟ ਜਿਹੜਾ ਅਪਲਾਈ ਕਰਨਾ ਚਾਹੁੰਦਾ, ਮੈਮ ਨੇ ਬੜੀ ਡਿਟੇਲ ਵਿੱਚ ਇਹ ਚੀਜ਼ਾਂ ਸਮਝਾਈਆਂ ਨੇ, ਉਹ ਸਟੂਡੈਂਟ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਜ਼ਰੂਰ ਰੱਖੇ। ਆਸਟ੍ਰੇਲੀਆ ਸਟੱਡੀ ਵੀਜ਼ਾ ਲਈ ਅਗਰ ਤੁਸੀਂ ਅਪਲਾਈ ਕਰਨਾ, ਕੋਈ ਸਵਾਲ ਹੈ, ਕੋਈ ਡਾਊਟ ਹੈ, ਤਾਂ ਜ਼ਰੂਰ ਜਿਹੜਾ ਨੰਬਰ ਡਿਸਪਲੇ ਹੈ ਨੈਵੀਗੇਟਰਸ ਓਵਰਸੀਜ਼ ਹੈ, ਇਸ ਉੱਪਰ ਤੁਸੀਂ ਕਾਲ ਕਰ ਸਕਦੇ ਹੋ, ਨੈਵੀਗੇਟਰਸ ਓਵਰਸੀਜ਼ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ, ਆਪਣੇ ਡਾਕੂਮੈਂਟ ਜ਼ਰੂਰ ਲੈ ਕੇ ਆਇਓ ਤਾਂ ਕਿ ਅਸੈਸਮੈਂਟ ਕੀਤੀ ਜਾ ਸਕੇ, ਸਹੀ ਚੀਜ਼ਾਂ ਸਹੀ ਕੋਰਸਿਸ ਤੁਹਾਨੂੰ ਗਾਈਡ ਕੀਤੇ ਜਾ ਸਕਣ। ਬਹੁਤ ਬਹੁਤ ਥੈਂਕਸ ਮੈਮ, ਇਹ ਕਾਫੀ ਚੀਜ਼ਾਂ ਤੁਸੀਂ ਡਿਟੇਲ ਵਿੱਚ ਆ ਸਮਝਾਈਆਂ ਨੇ, ਸਟੂਡੈਂਟਸ ਨੂੰ ਜ਼ਰੂਰ ਇਹਨਾਂ ਸਭ ਇਹ ਸਾਰੀ ਜਾਣਕਾਰੀ ਦਾ ਬਹੁਤ ਫਾਇਦਾ ਮਿਲੇਗਾ ਅਗਰ ਉਹ ਇਹ ਸਾਰੀ ਜਾਣਕਾਰੀ ਦੇ ਅਕੋਰਡਿੰਗਲੀ ਹੀ ਅੱਗੇ ਵੱਧਦੇ ਨੇ। ਕਮੈਂਟ ਸੈਕਸ਼ਨ ਵਿੱਚ ਵੀ ਸਟੂਡੈਂਟ ਆਪਣੇ ਸਵਾਲ ਸਾਡੇ ਨਾਲ ਜ਼ਰੂਰ ਸਾਂਝੇ ਕਰ ਸਕਦੇ ਨੇ, ਅਤੇ ਅੱਗੋਂ ਵੀ ਅਸੀਂ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ। ਫਿਲਹਾਲ ਹੀ ਦਿਓ ਜੀ ਇਜਾਜ਼ਤ, ਥੈਂਕ ਯੂ ਸੋ ਮਚ। ਥੈਂਕ ਯੂ।